ਤੁਹਾਨੂੰ ਪਹਿਲਾਂ ਪ੍ਰੋਡਿਊਸਰ ਨਹੀਂ ਮਿਲੇ ਬਈ ਤੁਸੀਂ ਫਿਰ ਫਿਲਮ ਬਣਾਈ ਤੁਸੀਂ ਪਹਿਲਾਂ ਫਿਲਮ ਬਣਾਤੀ ਫਿਰ ਪ੍ਰੋਡਿਊਸਰ ਮੈਂ ਬਹੁਤ ਪ੍ਰੋਡਿਊਸਰਾਂ ਕੋ ਗਿਆ ਜੀ ਉਹ ਅੱਗੋਂ ਕਹਿੰਦੇ ਕਮੇਡੀ ਫਿਲਮ ਲੈ ਕੇ ਆਓ ਮੇਰੇ ਕੋਲ ਹੈ ਨਹੀਂ ਮੇਰੇ ਕੋਲ ਸਾਰੀਆਂ ਐਕਸ਼ਨ ਹੈ ਮੇਰੀਆਂ ਆਪਦੀਆਂ ਇਹ ਰੋਮਾਂਟਿਕ ਫਿਲਮ ਆ ਕਿਉਂਕਿ ਇਹ 'ਚ ਮੈਂ ਪ੍ਰੋਡਿਊਸਰ ਅਤੇ ਐਕਟਰ ਹਾਂ ਜਿਹੜੀਆਂ ਮੇਰੀਆਂ ਆਪਦੀਆਂ ਜਿਹੜੀਆਂ ਥੋਟਸ ਨੇ ਅਸਲ 'ਚ ਲਿਖੀਆਂ ਨਹੀਂ ਹੈਗੀਆਂ ਹਵਾ 'ਚ ਹੀ ਨੇ ਕੋਈ ਵੀ ਬਣਾ ਸਕਦਾ ਜੀ ਅਤੇ ਉਹ ਜਿਹੜੀਆਂ ਨੇ ਉਹ ਐਕਸ਼ਨ ਹੈ ਸਾਰੀ ਓਕੇ ਮੈਨੂੰ ਪਤਾ ਨਹੀਂ ਮੈਨੂੰ ਮੈਂ ਜਦੋਂ ਵੀ ਫਿਲਮ ਦੇਖਦਾ ਮੈਂ ਐਕਸ਼ਨ ਫਿਲਮਾਂ ਵੇਖਦਾ ਬੋਡੀ ਵੀ ਤੁਹਾਡੀ ਐਕਸ਼ਨ ਵਾਲੀ ਹੈ ਨਾ ਬੋਡੀ ਤੁਸੀਂ ਨਹੀਂ ਉਹ ਤਾਂ ਹੁਣੇ ਬਣਾਈ ਹੈ ਜੀ ਹੁਣੇ ਬਹੁਤ ਸੋਹਣੀ ਬੋਡੀ ਤਾਂ ਐਕਸ਼ਨ ਵਾਲੀਆਂ ਫਿਲਮਾਂ ਦੇਖਦਾ ਮੈਂ ਫਿਕਸ਼ਨਲ ਵੀ ਦੇਖ ਲੈਂਦਾ ਇੱਕ ਸਸਪੈਂਸ ਥ੍ਰਿਲਰ ਮੈਨੂੰ ਵਧੀਆ ਲੱਗਦੀਆਂ ਫਿਲਮਾਂ ਮੈਂ ਬਣਾਉਣੀਆਂ ਵੀ ਉਹਦੇ ਵਿੱਚ ਐਕਸ਼ਨ ਆ ਬਾਈ ਤੁਹਾਨੂੰ ਇੱਦਾਂ ਨਹੀਂ ਲੱਗਦਾ ਕਿ ਅੱਜ ਦਾ ਜਿਵੇਂ ਰੀਲ ਵਾਲਾ ਜ਼ਮਾਨਾ ਹੈ ਅੱਜ ਹਰ ਦੂਜਾ ਤੀਜਾ ਬੰਦਾ ਰੀਲਾਂ ਪਾ ਕੇ ਜਾਂ ਵੱਡੇ ਵੱਡੇ ਐਕਟਰਸ ਨਾਲ ਰੀਲਾਂ ਪਾ ਕੇ ਹੋ ਤੁਹਾਡੇ ਲਿੰਕ ਵੀ ਬਹੁਤ ਸਟਰੋਂਗ ਇੰਡਸਟਰੀ ਦੇ ਵਿੱਚ ਤੁਸੀਂ ਉਹਨਾਂ ਨਾਲ ਕੋਲੈਬੋਰੇਟ ਕਰਕੇ ਕਿਉਂ ਨਹੀਂ ਕੰਮ ਕਰਦੇ ਜੀ ਮੈਨੂੰ ਐ ਨਹੀਂ ਠੀਕ ਹੈ ਉਹ ਉਹਨਾਂ ਦਾ ਸਟਾਈਲ ਹੈ ਮੇਰਾ ਆਪਣਾ ਹੈ ਜੀ ਮੈਨੂੰ ਐਂ ਲੱਗਦਾ ਕਿ ਮੇਰਾ ਆਪਦਾ ਕੰਟੈਂਟ ਜ਼ਿਆਦਾ ਚੱਲੇ